ਬੱਚਿਆਂ ਦੀ ਸਾਡੀ ਧਰਤੀ ਆ, ਉਹਨੂੰ ਨਮਸਕਾਰ ਕਿਸ ਤਰ੍ਹਾਂ ਕਰੀਏ। ਦੂਰੋਂ ਹੀ ਦੇਖ ਲੈਂਦੇ ਸੀ ਪਰ ਸਾਡਾ ਦਿਲ ਨਹੀਂ ਸੀ ਭਰਦਾ, ਪਰ ਜਦੋਂ ਹੁਣ ਉੱਥੇ ਅਸੀਂ ਨਤਮਸਤਕ ਹੋਵਾਂਗੇ ਮੈਨੂੰ ਲੱਗਦਾ ਕਿ ਸਾਡੀ ਆਤਮਾ ਨੂੰ ਬਹੁਤ ਸ਼ਾਂਤੀ ਮਿਲੇਗੀ। ਅਸੀਂ 550 ਦੀਵੇ ਜਗਾ ਕੇ ਇਸ ਖੁਸ਼ੀ ਨੂੰ ਬਹੁਤ ਅੱਛੀ ਤਰੀਕੇ ਨਾਲ ਮਨਾ ਰਹੇ, ਸਾਰੇ ਸ਼ਹਿਰ ਨਿਵਾਸੀ ਇੱਥੇ ਪਹੁੰਚੇ ਹੋਏ ਨੇ। ਜਿੱਥੇ ਕਰੋੜਾਂ ਨਾਨਕ ਲੇਵਾ ਸਿੱਖ ਸੰਗਤਾਂ ਦੀ ਪਿਛਲੇ 72 ਸਾਲਾਂ ਤੋਂ ਕੀਤੀ ਜਾ ਰਹੀ ਅਰਦਾਸ ਪੂਰੀ ਹੋ ਗਈ ਹੈ, ਉੱਥੇ ਹੀ ਕਰਤਾਰਪੁਰ ਕੋਰੀਡੋਰ ਖੋਲਣ ਦੇ ਨਾਲ ਹੀ ਬਾਬੇ ਨਾਨਕ ਦੇ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਨੇ ਸੌਖੇ ਹੋ ਗਏ ਹਨ। ਉੱਧਰ ਸੰਗਰੂਰ ਵਿਖੇ ਇਸ ਖੁਸ਼ੀ ਦੇ ਮੌਕੇ ਨੂੰ ਸ਼ਹਿਰ ਵਾਸੀਆਂ ਨੇ ਆਪਣੇ ਹੀ ਅੰਦਾਜ਼ ਵਿੱਚ ਬਿਆਨ ਕੀਤਾ। ਸੰਗਰੂਰ ਦੇ ਵੱਡੇ ਚੌਕ ਵਿੱਚ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵੱਲੋਂ 550 ਦੀਵੇ ਜਗਾ ਕੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਮਨਾਉਣ ਦੇ ਨਾਲ ਨਾਲ ਪੂਰੇ ਸੰਸਾਰ ਦੇ ਲੋਕਾਂ ਨੂੰ ਇਸ ਦਿਨ ਦੀ ਵਧਾਈ ਵੀ ਦਿੱਤੀ। ਇਹ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਭਾਰਤ ਵਰਸ਼ ਦੇ ਲੋਕਾਂ ਨੂੰ ਅਤੇ ਸਾਰੇ ਹੀ ਸਾਡੇ ਪੰਜਾਬੀਆਂ ਨੂੰ ਖਾਸ ਕਰਕੇ ਬਹੁਤ ਹੀ ਮੁਬਾਰਕਬਾਦ ਦਿੰਦੀ ਹਾਂ ਕਿ ਜਿਹੜਾ 550 ਸਾਲਾਂ ਸੀ ਗੁਰੂ ਨਾਨਕ ਦੇਵ ਜੀ ਜਿਹੜੇ ਸਾਡੇ ਬਹੁਤ ਹੀ ਪਹਿਲੇ ਸਾਡੇ ਪੈਰੋਕਾਰ ਹੋਏ ਨੇ, ਬਹੁਤ ਸਾਡੇ ਗੁਰੂ ਹੋਏ ਨੇ, ਉਹਨਾਂ ਦੇ ਅਸੀਂ ਜਨਮ ਦਿਨ ਮਨਾ ਰਹੇ ਹਾਂ। ਉਹਨਾਂ ਦੇ ਵਿੱਚ ਕੋਰੀਡੋਰ ਦਾ ਖੁੱਲ੍ਹਣਾ ਅਸੀਂ ਬਹੁਤ ਹੀ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹਾਂ। ਇਹ ਬਹੁਤ ਦੇਰ ਤੋਂ ਇਹ ਮੰਗ ਸਭ ਦੇ ਦਿਲਾਂ ਦੇ ਵਿੱਚ ਤਾਂਘ ਸੀ ਕਿ ਜਿੱਥੇ ਜਿੱਥੇ ਸਾਡੇ ਗੁਰੂਆਂ ਦੀ ਛੋਹ ਪ੍ਰਾਪਤ ਹੈ, ਧਰਤੀ ਹੈ ਉੱਥੋਂ ਦੀ, ਉਹ ਪੀਰਾਂ ਦੀ ਸਾਡੀ ਧਰਤੀ ਹੈ, ਉਹਨੂੰ ਨਮਸਕਾਰ ਕਿਸ ਤਰ੍ਹਾਂ ਕਰੀਏ। ਦੂਰੋਂ ਹੀ ਦੇਖ ਲੈਂਦੇ ਸੀ ਪਰ ਸਾਡਾ ਦਿਲ ਨਹੀਂ ਸੀ ਭਰਦਾ, ਪਰ ਜਦੋਂ ਹੁਣ ਉੱਥੇ ਅਸੀਂ ਨਤਮਸਤਕ ਹੋਵਾਂਗੇ ਮੈਨੂੰ ਲੱਗਦਾ ਕਿ ਸਾਡੀ ਆਤਮਾ ਨੂੰ ਬਹੁਤ ਸ਼ਾਂਤੀ ਮਿਲੇਗੀ ਅਤੇ ਅਸੀਂ ਸਾਰਿਆਂ ਨੂੰ ਇੱਕ ਵਾਰ ਫਿਰ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ, ਸਾਰੇ ਭਾਰਤ ਵਰਸ਼ ਦੇ ਲੋਕਾਂ ਨੂੰ, ਪੰਜਾਬੀਆਂ ਨੂੰ, ਸਿੱਖਿਆ ਨੂੰ, ਵਿਦੇਸ਼ਾਂ 'ਚ ਵੱਸਦੇ ਸਾਡੇ ਭਾਈਚਾਰੇ ਨੂੰ, ਸਾਰਿਆਂ ਨੂੰ ਹੀ ਬਹੁਤ ਹੀ ਅਸੀਂ ਬਹੁਤ ਹੀ ਵਧਾਈ ਦਿੰਦੇ ਹਾਂ। ਅੱਜ ਜੋ ਲੋਕਾਂ ਦੀਆਂ ਅਰਦਾਸਾਂ ਸੀਗੀਆਂ ਬਹੁਤ ਲੰਬੇ ਅਰਸੇ ਤੋਂ ਜੋ ਗੁਰੂ ਨਾਨਕ ਨਾਮ ਲੇਵਾ ਲੋਕ ਨੇ ਉਹ ਅਰਦਾਸ ਕਰਦੇ ਆ ਰਹੇ ਸੀ, ਅੱਜ ਉਹਨਾਂ ਦੀ ਅਰਦਾਸ ਮਾਲਕ ਦੀ ਦਰਗਾਹ ਦੇ ਵਿੱਚ ਸੁਣੀ ਗਈ ਹੈ ਅਤੇ ਅੱਜ ਦੋਨੇ ਸਰਕਾਰਾਂ ਵੱਲੋਂ, ਭਾਰਤ ਦੀ ਸਰਕਾਰ ਅਤੇ ਪਾਕਿਸਤਾਨ ਦੀ ਸਰਕਾਰ ਵੱਲੋਂ ਲਾਂਘਾ ਖੋਲ੍ਹਿਆ ਗਿਆ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਅੱਜ ਮੌਕਾ ਮਿਲਿਆ। ਅੱਜ ਸੰਗਰੂਰ ਦੇ ਵਿੱਚ ਅਸੀਂ 550 ਦੀਵੇ ਜਗਾ ਕੇ ਇਸ ਖੁਸ਼ੀ ਨੂੰ ਬਹੁਤ ਅੱਛੀ ਤਰੀਕੇ ਨਾਲ ਮਨਾ ਰਹੇ, ਸਾਰੇ ਸ਼ਹਿਰ ਨਿਵਾਸੀ ਇੱਥੇ ਪਹੁੰਚੇ ਹੋਏ ਨੇ ਅਤੇ 550 ਦੀਵੇ ਜਲਾ ਕੇ, ਕਿਉਂਕਿ 550 ਸਾਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ, ਉਹਨੂੰ ਅਸੀਂ ਇੱਥੇ ਬਹੁਤ ਖੁਸ਼ੀ ਅਤੇ ਉਲਾਸ ਦੇ ਨਾਲ ਮਨਾ ਰਹੇ। ਜੋ ਅੱਜ ਦਾ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਉੱਪਰ ਕਰਤਾਰਪੁਰ ਕੋਰੀਡੋਰ ਦੇ ਉੱਪਰ ਰਸਤਾ ਖੋਲ੍ਹਣ ਦੇ ਵਿੱਚ ਦੋਨੋਂ ਸਰਕਾਰਾਂ ਨੇ ਅੱਜ ਜੋ ਦਿਲਚਸਪੀ ਦਿਖਾਈ ਹੈ ਅਤੇ ਰਸਤਾ ਖੋਲ੍ਹਿਆ, ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਅੱਜ ਉਦਘਾਟਨ ਕੀਤਾ, ਉਸ ਦੀ ਖੁਸ਼ੀ ਵਜੋਂ ਭਾਰਤੀ ਜਨਤਾ ਪਾਰਟੀ ਦੇ ਸਮੂਹ ਵਰਕਰਾਂ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜੀ ਨਾਲ ਸਾਰੇ ਉਹਨਾਂ ਦੇ ਸਾਥੀ 550 ਦੀਵੇ ਜਲਾ ਕੇ ਅੱਜ ਅਸੀਂ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਾਂ ਵੀ ਅੱਜ ਸਮੁੱਚੀ ਕੌਮ ਲਈ ਖੁਸ਼ੀ ਦਾ ਦਿਨ ਹੈ ਵੀ ਜਿਹੜਾ ਅੱਜ ਕਰਤਾਰਪੁਰ ਕੋਰੀਡੋਰ ਦਾ ਜਿਹੜਾ ਰਸਤਾ ਖੁੱਲ੍ਹਿਆ। ਸੰਗਰੂਰ ਤੋਂ ਹਰਕਵਨ ਸਿੰਘ, ਹੈਪੀ ਦੀ ਰਿਪੋਰਟ। ਫ੍ਰੀ ਸੇਵਾ, ਫ੍ਰੀ ਸਮਾਧਾਨ। ਵਿਦੇਸ਼ ਚ ਬੈਠੇ ਕਿਉਂ ਹੋ ਪਰੇਸ਼ਾਨ? ਤੰਤਰ ਮੰਤਰ, ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ ਸਰਦਾਰ ਧਰਮਿੰਦਰਜੀਤ ਸਿੰਘ ਜੀ। ਮੇਰਾ ਕੀਤਾ ਹੋਇਆ ਚੱਲੇਗਾ ਸੱਤ ਸਮੁੰਦਰ ਪਾਰ, ਕੋਈ ਅਜਿਹਾ ਤਾਲਾ ਨਹੀਂ ਜੋ ਖੁੱਲੇ ਨਾ। ਹਰ ਕੰਮ ਹੁੰਦਾ ਹੈ ਕਰਨ ਵਾਲਾ ਚਾਹੀਦਾ, ਹਰ ਸਮੱਸਿਆ ਦਾ ਸਮਾਧਾਨ 100% ਗਾਰੰਟੀ ਨਾਲ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ, ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ, ਲਵ ਮੈਰਿਜ, ਲਾਟਰੀ ਨੰਬਰ, ਪੀਆਰ ਪ੍ਰੋਬਲਮ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਸੱਸ ਨੂੰ ਪਤੀ ਪਤਨੀ ਵਿੱਚ ਅਣਬਣ, ਮਨ ਚਾਹਿਆ ਪਿਆਰ, ਬੱਚੇ ਕਹਿਣੇ ਤੋਂ ਬਾਅਦ, ਘਰ ਵਿੱਚ ਕਲੇਸ਼, ਤੁਹਾਡਾ ਕੋਈ ਭੈਣ ਭਰਾ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਕਿਸੇ ਦੇ ਵਸ ਵਿੱਚ ਹੈ, ਉਸ ਨੂੰ ਬਾਹਰ ਕੱਢਣ ਲਈ ਤੁਰੰਤ ਸੰਪਰਕ ਕਰੋ ਸਰਦਾਰ ਧਰਮਿੰਦਰਜੀਤ ਸਿੰਘ ਜੀ ਨਾਲ 9878484826।